रहमान रहीम, अस्सलाम वालेकुम व्यूअर्स, की हाल है? ठीक ठाक? अल्लाह ताला दे बारगाह च उम्मीद है कि तुसी सब ठीक ठाक होवोगे। व्यूअर्स बहुत बहुत शुक्रिया सब दा लाइक कमेंट्स करन दा मेरे पहली वीडियो ते। अज जिहड़ा वा असीं जा रहे हां दरिया पार, उम्मीद है ये वीडियो तैनू अच्छी लगेगी। इहदा ही फीडबैक सही दियो, कोई अगर कमी कोई गुंजाइश ये है वह भी दसियो, असं मजीद बेहतर बनाने की कोशिश करा। आज का सफ़र शुरू कर दे। बिस्मिल्लाह। बाद आज धुप निकली है, बड़ा VIP मौसम है। आज उम्मीद है कि बहुत ज़्यादा इंजॉय करांगे। अज भी एक दोस्त विद फैमिली असं चले हैं दरिया पार। इंशाल्लाह अल्लाह करे खैर वाफियत नाल जाइए, खैर वाफियत नाल वापस आइए। तेरा शुरू कर।
ਤੇ ਸਬਜ਼ੀਆਂ ਲਾਈਆਂ ਹੋਈਆਂ ਨੇ, ਜਿਹੜੇ ਫਲ ਦਾ ਮੌਸਮ ਹੁੰਦਾ ਵਾ ਉਹ ਇੱਥੇ ਲਾਉਂਦੇ ਨੇ। ਗਰਮੀਆਂ 'ਚ ਇੱਥੇ ਮਤੀਰੇ ਵਗੈਰਾ, ਫੁੱਟਾਂ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਆਹ ਹੁਣ ਇਹਨਾਂ ਨੇ ਕੋਈ ਸਬਜ਼ੀ ਵਗੈਰਾ ਲਾਈ ਹੋਈ ਹੈ ਦੂਸਰੀ ਸਾਈਡ 'ਤੇ ਦਰਿਆ। ਵੀਵਰਸ, ਕੋਟ ਮਿੱਠਣ ਦਾ ਦਰਿਆ ਤੁਸੀਂ ਸੁਣਿਆ ਹੋਣਾ ਵਾ, ਕੋਟ ਮਿੱਠਣ ਮਸ਼ਹੂਰ ਇਹ ਕੋਟ ਮਿੱਠਣ ਦਾ ਦਰਿਆ ਵਾ। ਅਸੀਂ ਆਣ ਕੇ ਰੁਕੇ ਤੇ ਚਾਚਾ ਆਇਆ, ਚਾਚਾ ਕੀ ਹੈ ਤੇਰੇ ਕੋਲ? ਚਣੇ ਆ ਕਿਹੜੇ, ਮੁਰਗਾ ਲੈ ਦੂਸਰੇ ਸਾਦੇ ਚਣੇ ਆ? ਅੱਛਾ, ਇਹਦੇ ਵਿੱਚ ਕਸ਼ਤੀ, ਕਿਸੇ ਨੇ ਝੂਲੇ ਵਗੈਰਾ ਲੈਣੇ ਹੋਣ, ਔਰ ਇੱਥੇ ਦੇ ਅਵਾਮੀ ਜਿਹੜੇ ਨੇ ਉਹਨਾਂ ਨੇ ਬੱਕਰੀਆਂ ਵਗੈਰਾ ਛੋੜੀਆਂ ਹੋਈਆਂ। ਅਗਰ ਮੇਰਾ ਕੈਮਰਾ ਤੁਹਾਨੂੰ ਦਿਖਾ ਸਕੇ ਤੇ ਇਹ ਬਲੈਕ ਬਲੈਕ ਵਿੱਚ ਛੁਪੀ ਹੋਈ ਆ। ਉਹ ਭੇਡਾਂ ਬੈਠੀਆਂ ਨੇ, ਔਰ ਇੱਥੇ ਦੇਖੋ ਵਿਜ਼ਿਟਰ ਸੈਰ ਕਰਨ ਆਏ ਹੋਏ। ਵਿਊਅਰਸ, ਵੀਡੀਓ ਅੱਛੀ ਲੱਗੇ ਤਾਂ ਇਹਨੂੰ ਲਾਈਕ ਕਰੀਓ, ਸ਼ੇਅਰ ਕਰੀਓ, ਸਬਸਕ੍ਰਾਈਬ ਵੀ ਕਰੀਓ ਤਾਂ ਕਿ ਮਜ਼ੀਦ ਔਰ ਬਿਹਤਰ ਤੋਂ ਬਿਹਤਰ ਅਸੀਂ ਕਰ ਸਕੀਏ। ਇਸ ਨਾਲ ਇਜਾਜ਼ਤ ਚਾਹਾਂਗੇ। ਓਕੇ ਜੀ, ਅੱਲਾਹ ਹਾਫਿਜ਼।